ਹਾਂਜੀ ਨਮਸਕਾਰ ਜੀ ਕੋਲ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੀ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਦਿੱਲੀ ਦੇ ਵਿੱਚ ਪੀਐਨਡੀ ਜਿਹੜੀ ਭਰਤੀ ਆਈ ਹੋਈ ਹੈ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤਾਂ ਟੋਟਲ 127 ਪੋਸਟਾਂ ਨੇ ਤੇ ਕੌਣੇ ਦੇ ਵਾਸਤੇ ਅਪਲਾਈ ਕਰ ਸਕਦੇ ਕੀ ਕੁਝ ਐਲੀਜੀਬਿਲਟੀ ਕਰੀਟਰੀਆ ਦੇ ਵਿੱਚ ਰੱਖਿਆ ਹੋਇਆ ਤਾਂ ਉਹਦੀ ਆਪਾਂ ਗੱਲ ਕਰਦੇ ਹਾਂ ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰੋ ਜਿਸ ਨਾਲ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੇ ਇਹਦਾ ਜਿਹੜਾ ਪਰਫਾਰਮ ਹੈ ਉਹ ਤੁਸੀਂ ਆਫਲਾਈਨ ਫਿਲ ਕਰਨਾ ਤੇ ਜਿਹੜਾ ਪਰਫਾਰਮਰ ਹੋਊਗਾ ਸਾਨੂੰ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਿਹੜਾ ਹੈਗਾ ਉੱਥੇ ਜਾ ਕੇ ਮਿਲ ਜੂਗਾ ਉਹ ਪਰਫਾਰਮਰ ਇੱਕ ਵਾਰ ਮੈਂ ਦਿਖਾ ਦਿੰਦਾ ਕਿ ਕਿਵੇਂ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਤਾਂ ਆਹ ਦੇਖ ਸਕਦੇ ਹਾਂ ਦਿੱਲੀ ਪੀ ਐਨ ਬੀ ਬੈਂਕ ਪੀ ਐਨ ਰਿਕਰੂਟਮੈਂਟ 2022 ਟੋਟਲ ਜਿਹੜੀਆਂ 127 ਪੋਸਟਾਂ ਨੇ ਪੀਐਨਡੀ ਪੋਸਟ ਹੈ 14500 ਤੋਂ ਲੈ ਕੇ 28145 ਤੱਕ ਤੁਹਾਡੀ ਜਿਹੜੀ ਪੇ ਸਕੇਲ ਹੈ ਉਹ ਰਹਿਣ ਵਾਲੀ ਹੈ ਤੇ ਜੋ ਤੁਹਾਡੀ ਜਿਹੜੀ ਜੋਬ ਲੋਕੇਸ਼ਨ ਹੈ ਉਹ ਦਿੱਲੀ ਦੇ ਵਿੱਚ ਰਹੂਗੀ ਲਾਸਟ ਡੇਟ ਐਪਲਾਈ ਕਰਨ ਦੀ ਉਹ ਹੈ ਫੈਬਰੂਰੀ 8 8 ਫਰਵਰੀ 2022 ਤੱਕ ਤੁਸੀਂ ਆਫਲਾਈਨ ਜਿਹੜੀ ਹੈਗੀ ਇਹ ਐਪਲਾਈ ਕਰ ਸਕਦੇ ਹੋ ਐਪਲੀਕੇਸ਼ਨ ਫੀਸ ਬਿਲਕੁਲ ਫਰੀ ਹੈ ਕੋਈ ਐਪਲੀਕੇਸ਼ਨ ਐਪਲੀਕੇਸ਼ਨ ਫੀਸ ਨਹੀਂ ਹੈ 18 ਤੋਂ 24 ਸਾਲ ਜੇਕਰ ਤੁਹਾਡੀ ਉਮਰ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜਨਰਲ ਦੀ 52 ਪੋਸਟਾਂ ਐ ਐਸਸੀ ਦੀ 19 ਐਸਟੀ ਦੀ 9 ਓਬੀਸੀ ਦੀ 35 ایਡਬਲਯੂਐਸ ਦੀਆਂ ਜਿਹੜੀਆਂ ਹੈਗੀਆਂ ਨੇ 12 ਪੋਸਟ ਐ ਇੱਥੇ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਤੇ 12ਵੀਂ ਪਾਸ ਇਹਦੇ ਲਈ ਅਪਲਾਈ ਕਰ ਸਕਦੇ ਜੇਕਰ ਤੁਸੀਂ 12ਵੀਂ ਪਾਸ ਹੋ ਤਾਂ ਤੁਸੀਂ ਇਹਦਾ ਫਾਰਮ ਆਹੋ ਭਰ ਸਕਦੇ ਹੋ ਅ ਡਾਕੂਮੈਂਟ ਦੇਖ ਲਓ ਕਿਹੜੀ ਕਿਹੜੀ ਲੱਗਣਗੇ ਐਪਲੀਕੇਸ਼ਨ ਜਿਹੜੀ ਮੈਂ ਤੁਹਾਨੂੰ ਇੱਕ ਵਾਰ ਦਿਖਾਉਂਗਾ ਹੁਣ ਉਹ ਮੈਰਿਟ 10ਵੀਂ 12ਵੀਂ ਦਾ ਸਰਟੀਫਿਕੇਟ ਉਹ ਤੁਸੀਂ ਲਾ ਦੇਣਾ ਫੋਟੋਕਾਪੀ ਕਰਕੇ ਡਾਕੂਮੈਂਟ ਵੈਰੀਫਿਕੇਸ਼ਨ ਤੁਹਾਡੀ ਉਸ ਤੋਂ ਬਾਅਦ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਤੁਹਾਡਾ ਮੈਡੀਕਲ ਜਿਹੜਾ ਉਹ ਕੀਤਾ ਜਾਊਗਾ ਠੀਕ ਹੈ ਜੀ ਅਪਲਾਈ ਕਰਨ ਲਈ ਜਿਹੜਾ ਹੈਗਾ ਇਹ ਤੁਹਾਨੂੰ ਦੇ ਰੱਖਿਆ ਕੁਝ ਜਿਹੜੇ ਹੈਗੇ ਨੇ ਡਾਕੂਮੈਂਟ ਇਹ ਤੁਸੀਂ ਉਹਦੇ ਨਾਲ ਅਟੈਚ ਕਰਨੇ ਨੇ ਤੇ ਇਹ ਭੇਜ ਦੇਣੇ ਨੇ ਤੇ ਉਥੇ ਜਿਹੜਾ ਹੈਗਾ ਐਡਰੈਸ ਐਡਰੈਸ ਦੇਖ ਲਓ ਕਿੱਥੇ ਭੇਜਣਾ ਹੈ ਮੁੱਖਿਆ ਪ੍ਰਬੰਧਕ ਮਾਨਵ ਸੰਸਥਾਨ ਐ ਵਿਕਾਸ ਅਨੁਦਾਨ ਪੰਜਾਬ ਨੈਸ਼ਨਲ ਬੈਂਕ ਮੰਡਲ ਕਾਰਿਆ ਦੂਸਰੀ ਮੰਜ਼ਿਲ ਵਿਕਾਂਤ ਟਾਵਰ ਰਾਜੇਂਦਰ ਪ੍ਰਸਾਦ ਨਈ ਦਿੱਲੀ ਇੱਥੇ ਜਿਹੜਾ ਹੈਗਾ ਤੁਸੀਂ ਇਹ ਭੇਜਣਾ ਮੈਂ ਤੁਹਾਨੂੰ ਹੁਣ ਦਿਖਾ ਦਿੰਦਾ ਜਿਹੜਾ ਤੁਸੀਂ ਫਾਰਮੈਟ ਹੈ ਜਿਹੜਾ ਭੇਜਣਾ ਹੋਊਗਾ ਤਾਂ ਇਹ ਦੇਖ ਲਓ ਇਹ ਫਾਰਮੈਟ ਹੈ ਅਪਲੀਕੇਸ਼ਨ ਫੋਰ ਦੀ ਪੋਸਟ ਆ ਇੱਥੇ ਤੁਸੀਂ ਦੇਖ ਸਕਦੇ ਹੋ ਆ ਇੱਥੇ ਲਿਖਿਆ ਹੈ ਦੇਖੋ મે એપ્લિકેશન ફોર અપોઇન્ટમેન્ટ ઓએસપીએન ઇન પંજાબ નેસ્લે બેન્ક ઇન બેંક બ્રાન્ચિસ ઓફિસ ઓફ દિલ્હી એ એપ્લિકેશન ફોર્મ હે ઇત ફોટો લગા દેની હે આત નેમ ડેટ ઓફ બર્થ એજ ફાધર નેમ મધર નેમ સ્પૌસ પ્લેસ ઓફ ડોમિસાઇલ કિત્થો દે રહેણ વાલે ઓડ્રેસ વિથ પિન કોડ મોબાઈલ નંબર ઈમેલ આઈડી થોડે 10મી દે 12મી દે નંબર ઇત લખ દેને હે કેટેગરી કેડી હે એક્સપિરિયન્સ હે તા કોઈ લખ દેઓ નહીં તા ઇન ખાલી છડ શક દેઓ ડિટેલ પાસ્ટ પ્રેઝન્ટ પીછે એ તુસી લખને ઇત ਪੈਨ ਕਾਰਡ ਨੰਬਰ ਆਧਾਰ ਕਾਰਡ ਨੰਬਰ এমਪਲੋਇਮੈਂਟ ਜੇਕਰ ਤੁਸੀਂ ਪਹਿਲਾਂ ਨੌਕਰੀ ਕਰਦੇ ਹੋ ਤਾਂ ਇੱਥੇ ਲਿਖ ਦਿਓ ਨਹੀਂ ਤਾਂ ਇਹਨੂੰ ਖਾਲੀ ਛੱਡ ਸਕਦੇ ਹੋ ਉਸ ਤੋਂ ਬਾਅਦ ਬੇਸਿਕ ਨੋਲੇਜ ਜੀਐਸ ਨੂੰ ਇੱਥੇ ਟਿੱਕਾ ਦੇਣਾ ਇੰਗਲਿਸ਼ ਹਿੰਦੀ ਪੰਜਾਬੀ ਜਿਹੜੀ ਵੀ ਤੁਹਾਨੂੰ ਲੈਂਗੁਏਜ ਆਉਂਦੀ ਹੋਵੇ ਨੀਚੇ ਸਾਈਨ ਕਰ ਦੇਣੇ ਆ ਡੇਟ ਲਿਖ ਦੇਣੀ ਹੈ ਤੇ ਜਿਹੜੇ ਮੈਂ ਡਾਕੂਮੈਂਟ ਤੁਹਾਨੂੰ ਦੱਸੇ ਨੇ ਉਹ ਇਹਦੇ ਨਾਲ ਅਟੈਚ ਕਰਕੇ ਭੇਜ ਦੇਣੇ ਨੇ ਐਡਰੈਸ ਜਿਹੜਾ ਮੈਂ ਤੁਹਾਨੂੰ ਹੁਣੇ ਦੱਸਿਆ ਸੀਗਾ ਤੇ ਇਹਦਾ ਪਰਫਾਰਮਾ ਤੁਹਾਨੂੰ ਸਾਡੇ ਟੈਲੀਗ੍ਰam ਗਰੁੱਪ ਦੇ ਵਿੱਚ ਮਿਲ ਜਾਊਗਾ ਤੇ ਫੇਰ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਤਾਂ ਨੀਚੇ ਕਮੈਂਟ ਕਰਕੇ ਸਾਡੇ ਕੋਲੋਂ ਪੁੱਛ ਸਕਦਾ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚਲੋ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ੋਰ ਪ੍ਰੈਸ ਕਰੋ ਤਾਂ ਕਿ ਕੋਈ ਵੀ ਜਿਹੜੀ ਭਰਤੀ ਆਵੇ ਭਾਵੇਂ ਗਵਰਨਮੈਂਟ ਹੋਵੇ ਸਰਕਾਰੀ ਹੋਵੇ ਆਨਲਾਈਨ ਹੋਵੇ ਆਫਲਾਈਨ ਹੋਵੇ ਤਾਂ ਤੁਹਾਨੂੰ ਉਹਦੀ ਜਾਣਕਾਰੀ ਸਭ ਤੋਂ ਪਹਿਲਾਂ ਮਿਲਦੀ ਰਹੇ ਧੰਨਵਾਦ ਤੁਹਾਡਾ ਸਾਰਿਆਂ ਨੇ ਵੀਡੀਓ ਦੇਖਣ ਲਈ ਥੈਂਕ ਯੂ